ਖਰੀਦਣ ਜਾਈਏ, ਮੋਟਰਸਾਈਕਲ ਖਰੀਦਣ ਜਾਈਏ, ਉਹਦੇ ਵਿੱਚ ਸਟੈਂਡ ਹੁੰਦੇ ਤੇ ਸਾਡੇ ਅੱਜ ਕੈਂਡੀਡੇਟ ਦੇ ਕੋਈ ਸਟੈਂਡ ਹੀ ਨਹੀਂ ਹੈ। ਤੁਸੀਂ ਦੇਖੋ ਪਹਿਲੇ ਕਾਂਗਰਸ ਤੋਂ ਗਿਆ, ਕਾਂਗਰਸ ਤੋਂ ਇਹ ਇਹਨੇ ਆਪਦੀ ਪਾਰਟੀ ਜੁਆਇਨ ਕਰ ਲਈ, ਫਿਰ ਇਹਨੇ ਆਮ ਆਦਮੀ ਪਾਰਟੀ ਬਣਾ ਲਈ, ਫਿਰ ਆਪਦੀ ਪਾਰਟੀ ਬਣਾ ਲਈ, ਹੁਣ ਇਹ ਬੀਜੇਪੀ ਚ। ਕੱਲ੍ਹ ਇਹਦਾ ਬੰਦਾ ਹਾਲ ਦੇਖ ਲਓ, ਪਿੰਡਾਂ 'ਚ ਨਹੀਂ ਵੜ ਸਕਦਾ ਗਾ, ਤਮਰ ਦਾ ਉਠਾ ਜੁਆਇਨ ਨਾ ਕਰਦੇ, ਵਿਰੋਧ ਦੇ ਵਿੱਚ ਬੈਠਦੇ। ਤਾਂ ਅੱਜ ਜਿਹੜੀ ਆਉਣ ਵਾਲੀ ਲਹਿਰ ਹੈ, ਇਹ ਤੁਹਾਨੂੰ ਵੀ ਪਤਾ ਵੀ ਜਿਹੜਾ ਇੱਕ ਚਿਹਰਾ ਦੁਸ਼ਮਤ ਚੌਟਾਲਾ ਹੋ ਸਕਦਾ, ਗੱਲ ਕਰੇ ਹੀਰੋ ਤੋਂ ਅੱਜ ਜ਼ੀਰੋ ਹੈ। ਪੰਜਾਬੀ 'ਚ ਕਹਾਵਤ ਹੁੰਦੀ ਹੈ ਜੇ ਕਿ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। 4.5 ਸਾਲਾਂ ਬਾਅਦ ਇਹਨਾਂ ਨੂੰ ਬੀਜੇਪੀ ਦਾ ਛੱਡਣਾ ਹੈ, ਅਸੀਂ ਇਹਨਾਂ ਦੇ 1 ਸਾਲ ਪਰ ਧਰਨਾ ਮੂਹਰੇ ਦੇ ਰੱਖਿਆ ਵੀ ਤੁਸੀਂ ਇਹਦਾ ਸਮਰਥਨ ਛੱਡੋ, ਪਹਿਲੇ ਦਿਨ ਛੱਡ ਦਿੰਦੇ। ਅਸੀਂ ਮੰਨ ਲੈਂਦੇ ਵੀ ਬੀਜੇਪੀ ਦੇ ਨਹੀਂ, ਹੁਣ ਇਹਨਾਂ ਨੇ ਜਿਹੜਾ ਲੁੱਟ ਸੁੱਟ ਕਰਨੀ ਸੀ ਖਾ ਕੇ ਆਪਦੀ ਸਾਰੀ ਹਰਾਮ ਕਰਕੇ, ਹੁਣ ਢਿੱਡੋ ਦੀ ਹੱਥ ਫੇਰ ਲੈ ਕੇ ਹੁਣ ਅਸੀਂ ਦੇਖਿਆ। ਇਹ ਕਹਿੰਦਾ ਸੀ ਬੀਜੇਪੀ ਤਾਂ ਜਮਨਾ ਪਾਰ ਹੈ ਤੇ ਮੁੜ ਕੇ ਉਹਦੀ ਗੋਦੀ ਜੀ ਜਾ ਕੇ ਬੈਠ ਗਿਆ ਸੀ। ਇਹੀ ਹਾਲਾਤ ਇਹ ਹੁਣ ਕਰਨੇ ਚਾਹੁੰਦੇ ਵੀ ਆਪਾਂ 2 ਗਰੁੱਪ ਬਣਾ ਲਓ, ਇੱਕ ਪਾਰਟੀ ਤੁਸੀਂ ਜਿੱਤ ਲਿਓ, ਅਸੀਂ ਜਿੱਤ ਲੈਂਦੇ ਹਾਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹੈਪੀ ਸਿੰਗਲਾ, ਤੁਸੀਂ ਦੇਖ ਰਹੇ ਹੋ ਪਹਿਰੇਦਾਰ ਭਾਰਤ ਨਿਊਜ਼। ਲੋਕ ਸਭਾ ਦੇ ਚੁਣਾਵ ਨੇ ਅਤੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਉੱਥੇ ਹੀ ਨੇ। ਕਿਸਾਨ ਅੰਦੋਲਨ ਦੀ ਗੱਲ ਕਰੀਏ, ਅਗਰ ਦਿੱਲੀ ਦੀਆਂ ਬਰੂਹਾਂ ਦੀ ਕਿਸਾਨ ਅੰਦੋਲਨ ਇੱਕ ਦੀ ਗੱਲ ਕਰੀਏ ਤਾਂ 750 ਕਿਸਾਨ ਨੇ ਉਹ ਸ਼ਹੀਦ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ। ਆਖਿਰ ਮੰਗ ਕੀ ਸੀ, ਕਿਸਾਨਾਂ ਦੀਆਂ ਮੰਗਾਂ ਕੀ ਨੇ? ਕਿਸਾਨਾਂ ਦੀ ਇੱਕੋ ਹੀ ਮੰਗ ਸੀ, MSP ਦੀ ਗਰੰਟੀ, ਕਿ ਉਹਨਾਂ ਦੀ ਫਸਲ ਦਾ ਜੋ ਉਚਿਤ ਮੁੱਲ ਹੈ ਉਹ ਕਿਸਾਨਾਂ ਨੂੰ ਮਿਲੇ। 750 ਕਿਸਾਨ ਸ਼ਹੀਦ ਹੋਏ। ਕਿਸਾਨ ਨੇਤਾ ਲੱਖਾ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿਸਾਨਾਂ ਦੀਆਂ 10 ਮੰਗਾਂ। ਆਖਿਰ ਕੀ ਨੇ ਉਹ ਮੰਗਾਂ, ਕੀ ਕੱਲ ਦਾ ਉਹਨਾਂ ਦਾ ਪ੍ਰੋਗਰਾਮ ਹੈ, ਤੇ ਗੱਲ ਕਰਦੇ ਹਾਂ ਲੱਖਾ ਜੀ ਨਾਲ, ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਉਹਨਾਂ ਦੇ ਅੰਦੋਲਨ ਦੀ, ਉਹਨਾਂ ਦੇ ਕੱਲ ਦੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ। ਕੱਲ ਹਰਿਆਣਾ ਦੇ ਮੁੱਖ ਮੰਤਰੀ ਪਹੁੰਚ ਰਹੇ ਨੇ, ਹਲਕੇ ਹਲਕੇ ਵਿੱਚ ਉਹਨਾਂ ਦਾ ਦੌਰਾ ਹੈ, ਕੀ ਪ੍ਰੋਗਰਾਮ ਕੀਤੇ ਗਏ? ਦੇਖੋ ਜੀ, ਸੰਯੁਕਤ ਮੋਰਚੇ ਦੀ ਜੋ ਕਾਲ ਹੈ ਉਹਦੇ ਵਿੱਚ ਰਾਸ਼ਟਰੀ ਕਿਸਾਨ ਮੰਚ ਵੀ ਸੰਯੁਕਤ ਮੋਰਚੇ ਦਾ ਮੈਂਬਰ ਹੈ। ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜੋ ਸਾਡੀਆਂ ਮੰਗਾਂ ਜਾਂ ਸਾਡੀਆਂ ਜੋ ਆਵਾਜ਼ਾਂ ਹੱਕ ਹੈ, ਜਿੰਨੇ ਵੀ ਯੂ ਚੈਨਲ ਨੇ ਉਹ ਸਾਰੇ ਇਸ ਆਵਾਜ਼ ਨੂੰ ਲੋਕਾਂ ਤੱਕ, ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ। ਜੋ ਕੱਲ੍ਹ ਦਾ ਨੈਬ ਸਿੰਘ ਸੈਣੀ ਦਾ ਪ੍ਰੋਗਰਾਮ ਹੈ, ਸੰਯੁਕਤ ਮੋਰਚੇ ਦੀ ਕਾਲ ਹੈ ਵੀ ਅਸੀਂ ਸ਼ਾਂਤ ਪ੍ਰਿਆ ਢੰਗ ਨਾਲ ਪਹਿਲੇ ਤਾਂ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਵਾਸਤੇ ਜਾਵਾਂਗੇ, ਉਹਦੇ ਜਵਾਬ ਲਵਾਂਗੇ ਜੋ ਸਾਡੇ ਸੰਯੁਕਤ ਮੋਰਚੇ ਦੇ ਸਵਾਲ ਨੇ। ਵੀ ਇੰਨਾ ਟਾਈਮ ਸਾਡੇ ਕਿਸਾਨ ਬਾਰਡਰ ਦੇ ਉੱਤੇ ਬੈਠ ਕੇ ਆਏ, ਮੋਦੀ ਸਰਕਾਰ ਨੇ ਉਹਨਾਂ ਨਾਲ ਵਾਅਦੇ ਕੀਤੇ, ਉਹ ਵਾਅਦਿਆਂ ਉੱਤੇ ਕੀ ਤੁਹਾਡੀ ਗੌਰਮੈਂਟ ਖਰੀ ਉਤਰੀ ਹੈ? ਕੀ ਉਹ ਕਾਨੂੰਨ ਲਾਗੂ ਤੁਸੀਂ ਜੋ ਵਾਪਸ ਕੀਤੇ ਆ, ਜਾਂ ਸਾਡੀ ਕਿਸਾਨਾਂ ਦੀਆਂ ਮੰਗਾਂ ਸੀ, ਮਜ਼ਦੂਰਾਂ ਦੀਆਂ ਮੰਗਾਂ ਸੀ, ਬਿਜਲੀ ਬਿੱਲ ਸੀ, ਸਮਾਮੀ ਨਾਥਨ ਰਿਪੋਰਟ ਹੈ, ਲਖੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਹੋਏ ਨੇ, ਜੋ UP ਦੇ ਵਿੱਚ ਤੁਹਾਨੂੰ ਲੇਡੀ ਉੱਤੇ ਹੱਤਿਆ ਹੋ ਬਲਾਤਕਾਰ ਕਰਕੇ ਹੱਤਿਆ ਕਰਕੇ ਰਾਤੋ ਰਾਤ ਉਹਨਾਂ ਦੇ ਸੰਸਕਾਰ ਕਰ ਦਿੱਤੇ ਨੇ, ਕੁਛ ਕੈਂਡੀਡੇਟ ਇਹਨਾਂ ਦੇ ਇਹ ਵੀ ਨੇ ਜਿਨ੍ਹਾਂ ਨੂੰ ਇਹਨਾਂ ਨੇ ਦੁਬਾਰਾ ਟਿਕਟਾਂ ਵੀ ਦਿੱਤੀਆਂ ਨੇ। ਜੀ ਸੋ ਕਈ ਮੰਗਾਂ ਨੇ ਜਿਹਨੂੰ ਲੈ ਕੇ ਅਸੀਂ ਕੱਲ੍ਹ ਸਾਰੇ ਸੰਗਠਨ ਜੋ ਸੰਯੁਕਤ ਮੋਰਚੇ ਦੇ ਮੈਂਬਰ ਨੇ ਉਹ ਅਸੀਂ ਰੋੜੀ ਬਿਜਲੀ ਘਰ ਕੋਲ ਇਕੱਠੇ ਹੋਵਾਂਗੇ, ਉੱਥੋਂ ਅਸੀਂ ਉਹਨਾਂ ਨੂੰ ਉਹ ਸਵਾਲ ਪੁੱਛਣ ਵਾਸਤੇ ਜਾਵਾਂਗੇ ਵੀ ਸਾਡੇ ਸਵਾਲਾਂ ਦੇ ਇਹ ਜਵਾਬ ਦਿਓ। ਅਗਰ ਸਾਨੂੰ ਪ੍ਰਸ਼ਾਸਨ ਸਹੀ ਤਰੀਕੇ ਨਾਲ ਉਹ ਸਵਾਲ ਜਵਾਬ ਕਰਨ ਦਿੰਦਾ ਹੈ ਤਾਂ ਅਸੀਂ ਉਹਨਾਂ ਦੇ ਜਵਾਬ ਮੰਗਾਂਗੇ ਤੇ ਪਬਲਿਕ ਦੱਸਾਂਗੇ ਵੀ ਅਸੀਂ ਕੀ ਪੁੱਛਣ ਜਾ ਰਹੇ ਹਾਂ। ਅਗਰ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੂਗਾ ਤਾਂ ਫਿਰ ਜਿਵੇਂ ਅਸੀਂ ਰੋਸ ਪ੍ਰਦਰਸ਼ਨ ਕਰਨਾ ਸਾਰੀਆਂ ਉੱਥੇ ਜਥੇਬੰਦੀਆਂ ਇਕੱਠੀਆਂ ਹੋਵਾਂ, ਫਿਰ ਉਸ ਤਰ੍ਹਾਂ ਦੇ ਢੰਗ ਨਾਲ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਕੱਲ ਮੁੱਖ ਮੰਤਰੀ ਸਾਹਿਬ ਨਾਲ ਸਵਾਲ ਜਵਾਬ ਹੀ ਹਨ ਜਾਂ ਫਿਰ ਵਿਰੋਧ ਦਾ ਵੀ ਪ੍ਰੋਗਰਾਮ ਹੈ ਕਿ ਅਗਰ ਨਹੀਂ ਸੁਣਵਾਈ ਹੁੰਦੀ ਕਿ ਕਿਸਾਨ ਵਿਰੋਧ ਵੀ ਕਰਨਗੇ? ਜੇ ਸਾਡੇ ਨਹੀਂ ਸੁਣਦੇ ਫਿਰ ਤਾਂ ਵਿਰੋਧ ਉਹਨਾਂ ਦਾ ਕਰਨਾ ਹੈ, ਫਿਰ ਤਾਂ ਅਸੀਂ ਜੋ ਦੇਖੋ ਸਾਡਾ ਸੰਯੁਕਤ ਮੋਰਚੇ ਕਾਲ ਹੈ ਵੀ ਅਸੀਂ ਕੋਈ ਤੋੜ ਫੋੜ ਨਹੀਂ ਕਰਨੀ, ਅਸੀਂ ਆਪਦਾ ਉਹਨਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ, ਉਹਨਾਂ ਦੇ ਨਾਅਰੇਬਾਜ਼ੀ ਕਰਕੇ, ਉਹਨਾਂ ਦਾ ਜਿੰਦਾਬਾਦ ਮੁਰਦਾਬਾਦ ਕਰਕੇ ਅਸੀਂ ਉਹਨਾਂ ਦਾ ਰੋਸ ਪ੍ਰਦਰਸ਼ਨ ਕਰਨਾ ਹੈ, ਲੋਕਾਂ ਨੂੰ ਜਾਗਰੂਕ ਕਰਨਾ। ਸਾਡਾ ਕੰਮ ਹੈ ਲੋਕਾਂ ਨੂੰ ਜਾਗਰੂਕ ਕਰਨਾ, ਸਾਡਾ ਕਿਸੇ ਇੱਕ ਵਿਅਕਤੀ ਨਾਲ ਕੋਈ ਰੋਸ ਨਹੀਂ,
ਸਾਡਾ ਤਾਂ ਸਰਕਾਰ ਨਾਲ ਰੋਸ ਹੈ ਵੀ ਸਰਕਾਰ ਸਾਨੂੰ ਉੱਥੇ ਜਾਣ ਨਹੀਂ ਦੇ ਰਹੀ, ਸਾਡੇ ਸਵਾਲ ਪੁੱਛਣ ਨਹੀਂ ਦੇ ਰਹੀ। ਇਸ ਕਰਕੇ ਕਿ ਜੋ ਕਿਸਾਨ ਜਥੇਬੰਦੀਆਂ ਦਾ ਤਰੀਕਾ ਹੁੰਦਾ ਉਸ ਤਰੀਕੇ ਨਾਲ ਅਸੀਂ ਤਾਂ ਫਿਰ ਵਿਰੋਧ ਕਰਾਂਗੇ। ਜੇ ਸਾਡੇ ਸਵਾਲ ਉੱਥੇ ਸਾਨੂੰ ਟੀਮਾਂ ਨੂੰ ਸਾਨੂੰ ਉੱਥੇ ਲਿਆਉਂਦੀ ਹੈ ਜਵਾਬ ਸਵਾਲ ਕਰਦੇ ਹੈ, ਜੇ ਜਵਾਬ ਸਵਾਲ ਕਰਦੇ ਹਾਂ ਤਾਂ ਵੀ ਸਾਡਾ ਵਿਰੋਧ ਹੀ ਹੈ। ਮੰਨ ਲਓ ਜੀ ਅਸੀਂ ਪੁੱਛਾਂਗੇ ਜੇ ਉਹ ਸਹੀ ਜਵਾਬ ਨਹੀਂ ਦਿੰਦੇ ਹੈ ਤਾਂ ਲੋਕ ਤਾਂ ਉੱਥੇ ਜਾਗਰੂਕ ਹੋਣਗੇ ਨਾ ਵੀ ਇਹ ਜਵਾਬ ਤੁਸੀਂ ਦਿਓ ਜੀ। ਅਤੇ ਬਾਕੀ ਤੁਹਾਡੇ ਮੈਂ ਮਾਧਿਅਮ ਰਾਹੀਂ ਇਹ ਪੁੱਛਣਾ ਚਾਹੁੰਦਾ ਵੀ ਜੋ ਬੀਜੇਪੀ ਦਾ ਕੈਂਡੀਡੇਟ ਇੱਥੇ ਖੜਾ ਹੋਇਆ ਕਿ ਸਾਡਾ ਉਹਨੂੰ ਵੀ ਸਵਾਲ ਹੈ ਵੀ ਤੂੰ ਵੀ ਆਪਣਾ ਸਟੈਂਡ ਦੱਸ, ਉਹਦੀਆਂ ਤੁਸੀਂ ਵੀਡੀਓ ਦੇਖੋ ਕੀ ਬੋਲ ਰਿਹਾ ਹੋ। ਇਹ ਬੀਜੇਪੀ ਸਰਕਾਰ ਹੈ ਜੀ, ਇਹਨੇ ਰੇਲ ਵੇਚਤੀ, ਇਹਨੇ ਤੇਲ ਵੇਚਤੀ, ਇਹਨੇ ਸ਼ਿਕਸ਼ਾ ਵੇਚਤੀ, ਇਹਨੇ ਦਿਕਸ਼ਾ ਵੇਚਤੀ, ਇਹਨੇ ਕਰਪਸ਼ਨ ਕਰਤੇ ਜੀ। ਤੇ ਅੱਜ ਹੀ ਉਸ ਮਸ਼ੀਨ ਦੇ ਵਿੱਚ ਧੁਲ ਕੇ ਤੇ ਕੀ ਮੰਨ ਲਿਆ ਦੁੱਧ ਧੋਤਾ ਹੋ ਗਿਆ। ਜੇ ਆਪਾਂ ਸਾਈਕਲ ਖਰੀਦਣ ਜਾਈਏ, ਮੋਟਰਸਾਈਕਲ ਖਰੀਦਣ ਜਾਈਏ, ਉਹਦੇ ਵਿੱਚ ਸਟੈਂਡ ਹੁੰਦਾ। ਤੇ ਸਾਡੇ ਅੱਜ ਕੈਂਡੀਡੇਟ ਦੇ ਕੋਈ ਸਟੈਂਡ ਹੀ ਨਹੀਂ ਹੈ। ਤੁਸੀਂ ਦੇਖੋ ਪਹਿਲੇ ਇਹ ਕਾਂਗਰਸ ਤੋਂ ਗਿਆ, ਕਾਂਗਰਸ ਤੋਂ ਇਹ ਇਹਨੇ ਆਪਦੀ ਪਾਰਟੀ ਜੁਆਇਨ ਕਰ ਲਈ, ਫਿਰ ਇਹਨੇ ਆਮ ਆਦਮੀ ਪਾਰਟੀ ਬਣਾ ਲਈ, ਫਿਰ ਆਪਦੀ ਪਾਰਟੀ ਬਣਾ ਲਈ, ਹੁਣ ਇਹ ਬੀਜੇਪੀ 'ਚ। ਕੱਲ੍ਹ ਇਹਦਾ ਪਤਾ ਨਹੀਂ ਕਿੱਥੇ ਖੜਨਾ। ਕੀ ਲੋਕਾਂ ਨੂੰ ਇਹੋ ਜਿਹੇ ਕੈਂਡੀਡੇਟਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ? ਸੋਚਣਾ ਚਾਹੀਦਾ ਵੀ ਜਿਹੜਾ ਬੰਦਾ ਇੱਕ ਜਿੱਥੋਂ ਪੈਦਾਇਸ਼ ਉਹਦੀ ਹੋਈ ਹੈ, ਜਿੱਥੋਂ ਸਿਰੇ ਤੱਕ ਗਿਆ, ਉਸ ਪਾਰਟੀ ਦਾ ਬਣ ਕੇ ਨਹੀਂ ਖੜ ਸਕਿਆ ਤਾਂ ਲੋਕਾਂ ਦਾ ਕੀ ਬਣਨਾ ਹੈ? ਇਹਨਾਂ ਸਿਰਫ ਆਪਣੇ ਸਵਾਰਥ ਹੈ। ਜਿੰਨੇ ਵੀ ਕੈਂਡੀਡੇਟ ਆ ਤੁਸੀਂ ਦੇਖ ਲਓ, ਇਹਨਾਂ ਨੇ ਚੁਣੇ ਹੋਏ ਨੇ, ਉਹਨਾਂ ਨੂੰ ਤੁਸੀਂ ਛਾਣਬੀਨ ਕਰਕੇ ਦੇਖ ਲਓ, ਤਕਰੀਬਨ ਉਹ ਆਪਦੇ ਸਵਾਰਥ ਵਾਸਤੇ ਖੜੇ ਹੋਏ ਨੇ। ਦੱਸੋ ਕੀ ਉਹ ਲੋਕਾਂ ਦੀ ਭਲਾਈ ਵਾਸਤੇ ਖੜੇ ਹੋਏ ਨੇ? ਲੱਖਾ ਜੀ, ਜਗ੍ਹਾ ਜਗ੍ਹਾ ਤੇ ਬੀਜੇਪੀ ਸਰਕਾਰ ਦਾ ਜੋ ਵਿਰੋਧ ਹੈ ਉਹ ਕੀਤਾ ਜਾ ਰਿਹਾ, ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ, ਅਗਰ ਕੱਲ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੋਂ ਕਿਸਾਨਾਂ ਦੇ ਕੀ ਕਦਮ ਨੇ? ਦੇਖੋ ਤਾਂ ਮੌਕੇ ਦੀ ਗੱਲ ਹੈ ਜੀ, ਦੇਖਿਆ ਜੇ ਪ੍ਰਸ਼ਾਸਨ ਸਾਨੂੰ ਗ੍ਰਿਫਤਾਰ ਕਰਦਾ ਹੈ ਤਾਂ ਜਿਵੇਂ ਸੰਯੁਕਤ ਮੋਰਚਾ ਕਾਲ ਦਿੰਦਾ ਹੈ, ਹੋ ਸਕਦਾ ਕਿ ਸੰਯੁਕਤ ਮੋਰਚਾ ਵੱਡੇ ਐਕਸ਼ਨ ਦੀ ਕਾਲ ਦੇ ਵੀ ਮਤਲਬ ਤੁਸੀਂ ਕਿਉਂ ਗ੍ਰਿਫਤਾਰ ਕਰ ਰਹੇ ਹੋ। ਇਹ ਤਾਂ ਪ੍ਰਸ਼ਾਸਨ ਹੈ ਧੱਕਾ, ਆਪ ਤੁਸੀਂ ਦੇਖ ਲਓ ਪਿਛਲੀ ਵਾਰੀ ਖਨੌਰੀ ਬਾਰਡਰ ਹੈ ਜਾਂ ਸਿੰਘੂ ਬਾਰਡਰ ਹੈ, ਉੱਥੇ ਸਰਕਾਰ ਨੇ ਸਰੇਆਮ ਧੱਕਾ ਕੀਤਾ। ਇਹ ਤਾਂ ਇਹਨਾਂ ਦੀ ਗੁੰਡਾਗਰਦੀ ਹੈ ਨਾ, ਗੁੰਡਾਗਰਦੀ ਕਿਤੇ ਵੀ ਕਰ ਸਕਦੇ ਹੈ। ਕੱਲ ਅਸੀਂ ਜਾਵਾਂਗੇ, ਲੇਕਿਨ ਬਿਆਨ ਤਾਂ ਇਹੀ ਆ ਰਿਹਾ ਨਾ ਵੀ ਜੋ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਆ, ਕਾਂਗਰਸ ਦੇ ਜੋ ਏਜੰਟ ਨੇ ਉਹ ਵਿਰੋਧ ਕਰ ਰਹੇ ਨੇ। ਨਹੀਂ ਜੀ, ਦੇਖੋ ਇਹ ਤਾਂ ਸਰਕਾਰਾਂ ਦੇ ਸਟੰਟ ਹੈ। ਦੱਸੋ ਹੁਣ, ਮੰਨ ਲਓ ਮੈਂ ਐਮਐਕਸ ਇੱਕ ਪਾਰਟੀ ਨੂੰ ਫੋਲੋ ਨਹੀਂ ਕਰਦਾ, ਸਾਨੂੰ ਕੋਈ ਮਤਲਬ ਨਹੀਂ, ਕਾਂਗਰਸ ਜਿੱਤੇ ਨਾ ਲੋ ਜਿੱਤੇ ਕੋਈ ਜਿੱਤੇ, ਸਾਡਾ ਮਤਲਬ ਤਾਂ ਹੈ ਜੋ ਸਰਕਾਰ ਹੈ ਕਿਸਾਨਾਂ ਦੇ ਵਿਰੋਧੀ ਹੈ ਜੀ, ਉਹਨੂੰ ਹਰਾਓ ਤੇ ਵੋਟ ਇਹੋ ਜਿਹੇ ਬੰਦੇ ਨੂੰ ਪਾਓ ਜਿਹੜਾ ਉਹਨੂੰ ਹਰਾ ਸਕਦਾ। ਕੈਂਡੀਡੇਟ ਸੋਲਿਡ ਹੋਣਾ ਚਾਹੀਦਾ ਕਿਸੇ ਵੀ ਪਾਰਟੀ ਦਾ, ਜੇ ਤੁਹਾਨੂੰ ਬੰਦੇ ਦੀ ਛਵੀ ਦਾ, ਜੇ ਹੁਣ ਆਪਾਂ ਕਿਸੇ ਦਾ ਨਾਂ ਲੈਂਦੇ ਹਾਂ ਤਾਂ ਅਗਲਾ ਕਹਿੰਦਾ ਵੀ ਸਪੋਰਟ ਕਰ ਰਿਹਾ ਫਲਾਨੀ ਪਾਰਟੀ ਦੀ, ਅਸੀਂ ਨਾਂ ਨਹੀਂ ਲੈ ਰਹੇ, ਅਸੀਂ ਤੁਸੀਂ ਬੰਦੇ ਦੀ ਛਵੀ ਦੇਖੋ, ਚਾਹੇ ਕਿਸੇ ਪਾਰਟੀ ਤੋਂ ਹੈ, ਉਹ ਬੀਜੇਪੀ ਨੂੰ ਹਰਾ ਰਹੇ, ਉਹਨੂੰ ਵੋਟ ਪਾਓ ਤੁਸੀਂ, ਕਿਹੜਾ ਕਿਸਾਨਾਂ ਦੇ ਹੱਕ 'ਚ ਖੜਾ ਹੈ ਜੀ? ਅੱਜ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਦੇਖੋ, ਸਰਕਾਰ ਦੀ ਮਰਜ਼ੀ ਆ, ਦੇਖੋ ਹੁਣ ਗੁੰਡਾ ਕਰਦੀ ਹੈ ਜੋ ਕਿਤੇ ਵੀ ਉਹ ਬਣਾ ਸਕਦੀ ਹੈ, ਉਹ ਅੱਜ ਵੀ ਸਾਨੂੰ ਨਜ਼ਰਬੰਦ ਕਰ ਸਕਦੀ ਹੈ, ਕੱਲ ਵੀ ਕਰ ਸਕਦੀ ਹੈ, ਜੇ ਸਾਨੂੰ ਕਰੂਗੀ, ਲੋਕ ਬਥੇਰੇ ਪਬਲਿਕ ਬਹੁਤ ਪਿੱਛੇ ਬੈਠੀ ਹੈ, ਇਹ ਤਾਂ ਜੇ ਗ੍ਰਿਫਤਾਰ ਕਰੂਗੀ ਤਾਂ ਅੰਦੋਲਨ ਦੀ ਇੱਕ ਜਗਿਆਰੀ ਹੋਰ ਮਿਲਣੀ ਹੈ ਜੀ। ਅੱਗੇ ਵੀ ਤੁਹਾਨੂੰ ਪਤਾ ਹੀ ਹੈ ਜੇ ਕੋਈ ਨੇਤਾ ਗ੍ਰਿਫਤਾਰ ਹੁੰਦਾ ਤਾਂ ਉਹਦੇ ਕੀ ਰਿਜ਼ਲਟ ਆਉਂਦੇ ਨੇ, ਜੇ ਗ੍ਰਿਫਤਾਰ ਕਰੂਗੀ ਤਾਂ ਸਾਡੀ ਤਾਂ ਅੱਗ ਹੋਰ ਹੀ ਫੈਲਣੀ ਹੈ ਇਹ। ਹੁਣ ਤਾਂ ਅਸੀਂ ਮਾੜਾ ਮੋਟਾ ਮਤਲਬ ਵੈਸੇ ਵਿਰੋਧ ਕਰ ਰਹੇ ਹਾਂ, ਇਹ ਵੀ ਦੇਖਣਾ ਆਮ ਪਿੰਡਾਂ 'ਚ, ਹੁਣ ਤੁਸੀਂ ਡਿਪਟੀ ਸੀਐਮ ਦਾ ਹਾਲ ਦੇਖ ਲਓ ਜੀ, ਪਿੰਡਾਂ 'ਚ ਨਹੀਂ ਵੜ ਸਕਦਾ ਗਾ, ਤਮਰ ਦਾ ਵੀ ਥਾਂ ਥਾਂ ਵਿਰੋਧ ਹੋ ਰਿਹਾ ਜੀ ਜੀ। ਤੇ ਅਸੀਂ ਹੋਰ ਜੇਜੇਪੀ ਦੀ ਗੱਲ ਕਰੀਏ ਤਾਂ ਜੋ ਜੇਜੇਪੀ ਪਾਰਟੀ ਦੇ ਨਾਲ ਜੁੜੇ ਹੋਏ ਨੇ, ਨਿਸ਼ਾਨ ਸਿੰਘ ਦੀ ਗੱਲ ਕਰੀਏ, ਅਸਤੀਫਾ ਉਹਨਾਂ ਦਾ ਆ ਚੁੱਕਿਆ ਹੈ, ਦੂਸਰਿਆਂ ਜੋ ਵਿਧਾਇਕ ਹੈ ਉਹ ਵੀ ਜਾ ਰਿਹਾ ਹੈ, ਕੀ ਕਹਿਣਾ ਚਾਹੁੰਦੇ ਹੋ ਜੇਜੇਪੀ ਲਈ? ਦੇਖੋ ਜੀ, ਜੇਜੇਪੀ ਤਾਂ ਲੋਕਾਂ ਨੇ ਉਦੋਂ ਹੀ ਇਹਦਾ ਫਤਵਾ ਜਾਰੀ ਕਰਤਾ ਸੀ ਜਿਸ ਦਿਨ ਇਹਨਾਂ ਨੇ ਬੀਜੇਪੀ ਨਾਲ ਜੁਆਇਨ ਕਰ ਲਿਆ ਸੀ ਜੀ ਜੀ ਜੀ। ਅਗਰ ਇਹ ਬੀਜੇਪੀ ਨਾਲ ਜੁਆਇਨ ਨਾ ਕਰਦੇ, ਵਿਰੋਧ ਦੇ ਵਿੱਚ ਬੈਠਦੇ, ਤਾਂ ਅੱਜ ਜਿਹੜੀ ਆਉਣ ਵਾਲੀ ਲਹਿਰ ਹੈ, ਇਹ ਤੁਹਾਨੂੰ ਵੀ ਪਤਾ ਵੀ ਜਿਹੜਾ ਇੱਕ ਚਿਹਰਾ ਹੈ ਦੁਸ਼ਮੰਤ ਚੌਟਾਲਾ ਹੋ ਸਕਦਾ ਸੀ, ਗੱਲ ਕਰੇ ਹੀਰੋ ਤੋਂ ਅੱਜ ਜ਼ੀਰੋ ਹੈ ਜੀ ਜੀ। ਇਕੱਲਾ ਨਿਸ਼ਾਨ ਸਿੰਘ ਹੀ ਨਹੀਂ, ਥੋੜੇ ਦਿਨਾਂ 'ਚ ਆਉਣ ਵਾਲਾ ਦੇਖ ਲਓ, ਦਾਤਾ ਗੌਤਮ ਹੈ ਤਾਂ ਸ਼ਰੇਆਮ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੂੰ ਕੀ ਕਹਿ ਰਿਹਾ ਜੀ। ਨੈਣਾ ਚੌਟਾਲਾ ਦਾ ਵੀ ਬਿਆਨ ਆ ਰਿਹਾ ਹੈ ਵੀ ਵਿਰੋਧ ਸੀ ਉਹ ਬੀਜੇਪੀ ਸਰਕਾਰ ਨਾਲ ਸੀ, ਦੁਸ਼ਯੰਤ ਨੇ ਬੀਜੇਪੀ ਛੱਡਤੀ ਆ, ਹੁਣ ਵਿਰੋਧ ਕਿਸ ਚੀਜ਼ ਦਾ, ਬੈਠ ਕੇ ਗੱਲ ਕਰਦੇ ਆ।
ਇੱਕ ਪੰਜਾਬੀ ਚ ਕਹਾਵਤ ਹੁੰਦੀ ਹੈ ਜੇ ਕਿ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। 4.5 ਸਾਲਾਂ ਬਾਅਦ ਇਹਨਾਂ ਨੂੰ BJP ਦਾ ਛੱਡਣਾ ਆਇਆ, ਅਸੀਂ ਇਹਨਾਂ ਦੇ 1 ਸਾਲ ਪਰ ਧਰਨਾ ਮੂਹਰੇ ਦੇ ਰੱਖਿਆ ਵੀ ਤੁਸੀਂ ਇਹਦਾ ਸਮਰਥਨ ਛੱਡੋ, ਪਹਿਲੇ ਦਿਨ ਛੱਡ ਦਿੰਦੇ, ਅਸੀਂ ਮੰਨ ਲੈਂਦੇ ਵੀ ਇਹ BJP ਦੇ ਨਹੀਂ। ਹੁਣ ਇਹਨਾਂ ਨੇ ਜਿਹੜਾ ਲੁੱਟ ਸੁੱਟ ਕਰਨੀ ਸੀ ਖਾ ਕੇ ਆਪਦੀ ਸਾਰੀ ਹਰਾਮ ਕਰਕੇ ਹੁਣ ਢਿੱਡ ਉਹਦੀ ਹੱਥ ਫੇਰ ਲੈ ਕੇ ਹੁਣ ਅਸੀਂ BJP ਛੱਡਤੀ ਹੈ। ਮਤਲਬ ਕਹਿ ਸਕਦੇ ਹਾਂ ਵੀ JJP ਦਾ ਜੋ ਬਹਿਸ਼ਕਾਰ ਕਿਸਾਨਾਂ ਵੱਲੋਂ ਫਾਈਨਲ ਆ, ਉਹ ਤਾਂ ਬਿਲਕੁਲ ਜਾਇਜ਼ ਹੈ। ਇਹਨਾਂ ਜੋ ਕਿਸਾਨਾਂ ਦੀ ਸੁਣੀ ਨਹੀਂ, ਕਿਸਾਨਾਂ ਦੇ ਹੱਕ 'ਚ ਨਹੀਂ ਖੜੇ। ਦੱਸੋ ਤੁਸੀਂ ਯੂਟਿਊਬਰ ਹੋ, ਤੁਸੀਂ ਵੀ ਇਹਨਾਂ ਦੀ ਵਾਈਟਾਂ ਲੈਣ ਜਾਂਦੇ ਰਹੇ ਹੋ, ਕਿੱਥੇ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੱਤੇ ਵੀ ਅਸੀਂ ਕਿਸਾਨਾਂ ਨਾਲ ਖੜੇ ਹਾਂ। ਹੁਣ 4.5 ਸਾਲ ਹੋ ਗਏ, 4 ਸਾਲ ਤਾਂ ਲੱਗ ਗਈ, ਹੁਣ ਆਪਾਂ ਨੂੰ ਕੋਈ ਪੱਲੇ ਥੱਲੇ ਆਉਣਾ ਨਹੀਂ ਆ। ਗਾਹਾਂ BJP ਸਰਕਾਰ ਦਾ ਇਹਨੂੰ ਡਰ ਲੱਗਿਆ ਵੀ ਲੋਕਾਂ ਨੂੰ ਸਾਨੂੰ ਪਿੰਡਾਂ 'ਚ ਵੜ ਨਹੀਂ ਦਿੱਤਾ। ਇਹਨਾਂ ਦੀ ਇੱਕ ਚਾਲ ਸੀ ਵੀ ਤੁਸੀਂ ਅੱਡ ਹੋ ਜਾਓ, ਪਿੰਡਾਂ ਦੇ ਵਿੱਚ ਤੁਸੀਂ ਇਹ ਕਹਿ ਦਿਓ ਵੀ ਤਾਂ BJP ਨੂੰ ਛੱਡਦੀ ਹੈ। ਅੱਗੇ ਨੇ ਤੁਸੀਂ ਦੇਖਿਆ ਇਹ ਕਹਿੰਦਾ ਸੀ BJP ਤਾਂ ਜਮਨਾ ਪਾਰ ਹੈ ਜੀ ਜੀ, ਤੇ ਮੁੜ ਕੇ ਉਹਦੀ ਗੋਦੀ 'ਚ ਜਾ ਕੇ ਬੈਠ ਗਿਆ ਸੀ। ਇਹੀ ਹਾਲਾਤ ਇਹ ਹੁਣ ਕਰਨੇ ਚਾਹੁੰਦੇ ਵੀ ਆਪਾਂ 2 ਗਰੁੱਪ ਬਣਾ ਲਓ, ਇੱਕ ਪਾਰਟੀ ਤੁਸੀਂ ਜਿੱਤ ਲਿਓ, ਅਸੀਂ ਜਿੱਤ ਲੈਂਦੇ ਹਾਂ, ਬਾਅਦ ਫਿਰ ਸੰਗਠਨ ਕਰ ਲਾਂਗੇ ਜੀ ਜੀ। ਲੋਕ ਇਸ ਗੱਲ ਤੋਂ ਜਾਗਰੂਕ ਹੋ ਗਏ ਨੇ, ਸਮਝ ਚੁੱਕੇ ਨੇ ਵੀ ਇਹਨਾਂ ਦੀਆਂ ਚੱਲ ਲਾਂਗੇ ਜੀ ਜੀ।